उसका तारपुर साहब का कॉरिडोर खोले, लेकिन दे कैन डू सोशल डिस्टेंसिंग, वो कर सकते ने, कोई सिस्टम बना सकते ने। बट उन्होंने पाकिस्तान ने अनाउंस किया परसों और 30 तरीक की डेट, मेरे ख्याल अच को नहीं सी शायद, और तीन दिन अच आई डोंट थिंक इंडिया गवर्नमेंट ऑफ इंडिया कुड बी प्रिपेयर्ड फॉर दिस। बट अगर साड़ी राय है, आई विल सर्टनली सजेस्ट टू दम कि तुसी इन्हें खोल दियो। एंड जैसे सोशल डिस्टेंस, आई थिंक भाई इज मोर बिकॉज पाकिस्तान दे विच स्प्रेड बहुत ज्यादा हो रही है कोविड, तो शायद एक इस कारण गवर्नमेंट की ऑब्जेक्शन हो सकती है। बट अदरवाइज इफ दे आस्क मी, मैं उन्होंने सजेस्ट करूंगा कि सोशल डिस्टेंसिंग करवा के खोल दें। जथेदार अकाल तख्त साहब ने, एक ज्ञानी हरप्रीत जी ने एक दो गल्लां कहियां, एक उन्होंने ये गल कही कि सारी दुनिया का हर सिख खालिस्तान चाहता है, दूजी गल उन्होंने कही कि जे गवर्नमेंट सानूं खालिस्तान देवे तो असीं खुश होवांगे। ਇਹਦੇ ਬਾਰੇ ਇਸ ਨੂੰ ਬਹੁਤ ਦੁਰਵਰਤੋਂ ਵੀ ਕਰ ਰਹੇ ਨੇ ਜਿਹੜੇ ਬਾਹਰਲੇ ਖਾਲਿਸਤਾਨੀ ਨੇ, ਤੁਹਾਡਾ ਕੀ ਰਿਐਕਸ਼ਨ ਇਹਦੇ ਬਾਰੇ? ਇੱਕ ਇਹਦੇ ਨਾਲ ਹੀ ਜੁੜਿਆ ਹੋਰ ਸਵਾਲ, ਪਹਿਲੀ ਗੱਲ ਕਿਹੜੀ ਸੀ ਕਿ ਉਹਨਾਂ ਨੇ ਕਿਹਾ ਕਿ ਹਰ ਸਿੱਖ ਖਾਲਿਸਤਾਨ ਚਾਹੁੰਦਾ, ਜਥੇਦਾਰ ਅਕਾਲ ਤਖਤ ਸਾਹਿਬ ਨੇ ਔਨ ਰਿਕਾਰਡ ਕਿਹਾ ਹੈ? ਮੈਂ ਤਾਂ ਨਹੀਂ ਚਾਹੁੰਦਾ। ਤੁਹਾਡਾ ਕੀ ਰਿਐਕਸ਼ਨ ਇਹਦੇ ਬਾਰੇ? ਮੈਂ ਤਾਂ ਨਹੀਂ ਚਾਹੁੰਦਾ। ਦੇਖੋ ਐਵਰੀ ਵਨ ਹੈਜ਼ ਦੇਅਰ ਓਪੀਨੀਅਨ, ਜਿੰਨਾ ਮਰਜ਼ੀ ਓਪੀਨੀਅਨ ਹੋਵੇ। ਅੱਜ ਜਿੰਨੇ ਸਿੱਖ ਅੱਜ ਹਿੰਦੁਸਤਾਨ ਦੇ ਵਿੱਚ ਪ੍ਰੋਸਪਰਸ ਨੇ ਔਰ ਕੰਮ ਕਰਦੇ ਨੇ, ਕੋਈ ਸੂਬਾ ਨਹੀਂ ਹਿੰਦੁਸਤਾਨ ਦੇ ਵਿੱਚ ਜਿੱਥੇ ਸਾਡੇ ਸਿੱਖ ਨਹੀਂ ਬੈਠੇ। ਵਾਈ ਡੂ ਦੇ ਵਾਂਟ ਖਾਲਿਸਤਾਨ? ਉਹਨਾਂ ਨੂੰ ਕੀ ਲੋੜ ਹੈ? ਨੋਬਡੀ ਵਾਂਟਸ ਇਟ। ਮੈਂ ਨਹੀਂ ਚਾਹੁੰਦਾ। ਇਹ ਚਾਹੁੰਦਾ ਪੰਨੂ ਵਰਗੇ, ਉਹ ਜਿਹੜੇ ਉੱਥੇ ਬੈਠੇ ਕਮਾਈ ਜਾ ਰਹੇ ਨੇ ਪੈਸੇ ਸਲੋਗਨ ਦੇ ਕੇ, ਐਂਡ ਦਿਸ ਇਜ਼ ਅਨਫੋਰਚੁਨੇਟ। ਔਰ ਹੁਣ ਉਹ ਪੰਨੂ ਫੋਰ ਜਸਟਿਸ ਦਾ ਇਹਦੇ ਬੰਦੇ ਫੜੇ ਗਏ ਨੇ ਪੰਜਾਬ ਦੇ ਵਿੱਚ, ਹੀ ਇਜ਼ ਗੋਇੰਗ ਫੋਰ ਐਕਟਿਵ ਟੈਰਰਿਜ਼ਮ। We have got weapons and we have got other hand grenades vagera. Do munde patiale pade nahi gaye se, they were carrying hand grenades sent by Pannu, jo unna di investigation de vich aayi hai. So Pannu hun direct terrorism de vich aaya hai. And basically a lawyer hai. He is trying to, jede etho immigration jande ne unna vaste jede card lene kehnde ne oh karaunda hai. Lekin hun agge vadh gaya. ਔਰ ਹੁਣ ਇਹ ਜਿਹੜੇ, ਐਂਡ ਲੈਟ ਮੀ ਟੈਲ ਯੂ, ਇਹ ਵੀ ਤੁਹਾਡੇ ਵੀ ਉੱਥੇ ਵਾਕਫ ਹੋਣਗੇ ਅਮੈਰੀਕਾ ਦੇ ਵਿੱਚ, ਕਿੰਨੀ ਸਪੋਰਟ ਹੈ ਉਹਨੂੰ ਅਮੈਰੀਕਾ 'ਚ? ਕੁਛ ਵੀ ਨਹੀਂ। ਜਿਹੜੇ ਜਿਹੜੇ ਇੱਥੇ ਲੋਕ ਸਮਝਦੇ ਨੇ ਕਿ ਪਤਾ ਨਹੀਂ ਇਹ ਕੀ ਕਰ ਰਹੇ ਹੈ ਕਿ ਰੈਫਰੈਂਡਮ ਲਿਆਊਗਾ, ਫਲਾਣਾ ਲਿਆਊਗਾ, ਨਥਿੰਗ ਐਟ ਆਲ। ਕੋਈ ਰੈਫਰੈਂਡਮ ਨਹੀਂ ਹੋਣੀ, ਪਹਿਲਾਂ ਕਿਉਂ ਕੈਂਸਲ ਕਰਤੀ ਇਹਨੇ ਰੈਫਰੈਂਡਮ? ਦੇਰ ਇਜ਼ ਨੋ ਰੈਫਰੈਂਡਮ। ਐਂਡ ਅਮੈਰੀਕਾ ਦੇ ਸਿੱਖ ਜਿਹੜੇ ਨੇ ਇਹਨੂੰ ਬਿਲਕੁਲ ਪਸੰਦ ਨਹੀਂ ਕਰਦੇ। ਸੋ ਲੈਟ ਅਸ ਬੀ ਕਲੀਅਰ ਅਬਾਊਟ ਦੈਟ ਵਨ ਥਿੰਗ। ਜਿੱਥੇ ਤਾਈਂ we are all very comfortable, our people are doing very well in the whole country. We are part 2% sade log ne Punjab Hindustan ch, jithe vi tusi jao unna da vadhiya kam chal reha, chhad ke kyun mangna? Every Sikh is totally the country, is unite, the Sikhs will stand by the unity and integrity of the country. They have always stood by. Do you know how many Sikh soldiers we have? ਆਪਣੇ ਦੇਸ਼ ਵਾਸਤੇ ਉੱਥੇ ਆਪਣੀ ਸ਼ਹਾਦਤਾਂ ਦੇ ਰਹੇ ਨੇ ਜਿਹੜੇ, ਆ ਯੰਗ ਬੋਏ, ਦਿਸ ਯੰਗ ਸਰ ਫਰਮ ਮਾਨਸਾ, ਜਿਹੜਾ ਪਿਛਲੇ ਹਫ਼ਤੇ ਸ਼ਹੀਦ ਹੋਇਆ ਹੈ, 12 ਚੀਨੀਆਂ ਨੂੰ ਮਾਰ ਕੇ ਸ਼ਹੀਦ ਹੋਇਆ ਸੀ, ਉਹ ਯੰਗ ਬੋਏ, 23 ਸਾਲ ਦਾ ਮੁੰਡਾ। ਔਰ ਮੈਂ ਕੱਲ੍ਹ ਉਹਦੇ ਪਰਸੋਂ ਉਹਨਾਂ ਦੇ ਫਾਦਰ ਨਾਲ ਗੱਲ ਕੀਤੀ ਸੀ। ਫਾਦਰ ਇੱਕ ਟੰਗ ਹੈ, ਇੱਕ ਟੰਗ ਨਹੀਂ ਹੈ। ਇੱਕ ਮੁੰਡਾ ਇਹਨਾਂ ਨੇ ਲਵ ਯੂਨੀਵਰਸਿਟੀ ਤੋਂ BA ਕਰਾਈ ਹੈ, ਔਰ ਇੱਕ ਮੁੰਡਾ ਉਹਨਾਂ ਦਾ ਛੋਟਾ 10ਵੀਂ ਪਾਸ ਕਰਕੇ ਆਇਆ। ਐਂਡ ਹੀ ਇਜ਼ ਇਹਨਾਂ ਨੇ ਉੱਥੇ ਕਰਾਈ ਹੈ। ਤੁਹਾਨੂੰ ਪਤਾ ਕਿ ਉਹਦੀ ਜ਼ਮੀਨ ਕਿੰਨੀ, ਆਮਦਨ ਕਿੰਨੀ ਹੈ? 2.5 acres ਕਿੱਲਾ ਹੈ, 2.5 acres ਜ਼ਮੀਨ ਹੈ ਉਹਦੀ। ਦਿਸ ਇਜ਼ ਦ ਸਪਿਰਿਟ। ਔਰ ਆਪਣੇ ਮੁੰਡੇ ਨੂੰ ਕਹਿੰਦੇ ਕਿ ਮੁੰਡਾ ਬਚਪਨ ਤੋਂ ਕਹਿ ਰਿਹਾ ਸੀ ਕਿ ਮੈਂ ਤਾਂ ਫੌਜ 'ਚ ਜਾਣਾ, ਫੌਜ 'ਚ ਜਾਣਾ, ਉੱਥੇ ਫੌਜ ਪਹੁੰਚ ਗਿਆ ਸੀ। ਐਨ ਉੱਥੇ ਸ਼ਹੀਦ ਹੋਇਆ, 12 ਚੀਨੀਆਂ ਨੂੰ ਲੈ ਕੇ ਉਹ ਮਰਿਆ। ਆਈ ਐਮ ਸ਼ੋਰ ਇੰਡੀਅਨ ਆਰਮੀ ਵਿਲ ਡੂ ਵਾਟ ਵੀ ਕੈਨ, ਵੀ ਵਿਲ ਆਲਸੋ ਡੂ ਵਾਟ ਵੀ ਕੈਨ। ਮੈਂ ਉਹ ਜਿਹੜਾ ਬੜਾ ਲੜਕਾ ਉਹਨੂੰ ਤਾਂ ਮੈਂ ਕਹਿਤਾ ਮੈਂ ਨੌਕਰੀ ਤੁਹਾਨੂੰ ਕੰਮ 'ਚ ਦੇਵਾਂਗਾ, ਛੋਟੇ ਨੂੰ ਅਸੀਂ ਵਿਲ ਫਾਇੰਡ ਹਿਮ ਸਮ ਪਲੇਸ ਸਮਵੇਅਰ ਐਲਸ। ਔਰ ਉਹ ਜੋ ਅਸੀਂ ਦਿਨ ਦਿਨਾਂ ਅਸੀਂ ਦੇ ਰਹੇ ਹਾਂ ਸਾਰਿਆਂ ਨੂੰ। ਬਟ ਇਹ ਹੈ ਸਪਿਰਿਟ, ਦਿਸ ਇਜ਼ ਦ ਸਪਿਰਿਟ ਆਫ ਦ ਸਿੱਖਸ। ਵੀ ਫਾਈਟ ਫੋਰ ਆਰ ਕੰਟਰੀ, ਦਿਸ ਇਜ਼ ਆਰ ਕੰਟਰੀ। ਐਂਡ ਆਈ ਡੋਂਟ ਥਿੰਕ ਐਨੀ ਮਿਸਟਰ ਪਨੂਸ਼ਾ ਨੂੰ ਕਿ ਜੋ ਮਰਜ਼ੀ ਉਹ ਕਰੀ ਜਾਣ, ਕੁਛ ਨਹੀਂ ਇਹਦਾ ਅਸਰ ਪੈਣਾ।